ਉੱਥੇ ਕਬੀਰ ਵਾਲੇ ਆਏ, ਉੱਥੇ ਮਾਸਟਰ ਹਰੀ ਮਨਜ਼ੂਰ ਹੁਸੈਨ ਉਸਨੂੰ ਨਕਸ਼ਾ ਬਣਾ ਕੇ ਵੀ ਕਰ ਦਿੱਤਾ ਵੀ ਇਹ ਪਾਕਿਸਤਾਨ ਬਣਦਾ ਪਿਆ ਨੇ। ਤਬ ਨਵਾਬ ਸਾਹਿਬ ਨੇ ਉਸੇ ਨਜ਼ਦੀਕ ਬੁਲਾ ਕਰ ਪੁੱਛਾ ਕਿ ਆਪ ਨਾਨਕ ਪਰ ਕਿਆ ਫਰਿਆਦ ਕਰਨਾ ਚਾਹਤੇ ਹੈ। ਮੁੱਲਾ ਕਹਿਣੇ ਲਗਾ, ਨਵਾਬ ਹਜ਼ੂਰ ਮੇਰੀ ਆਪ ਸੇ ਗੁਜ਼ਾਰਿਸ਼ ਹੈ, ਜਬ ਤੇਰੀ ਕੁਦਰਤ ਯਾ ਪਰਵਰਦਿਗਾਰਾ, ਤੂੰ ਸਭ ਸੇ ਬਰਤਰ ਤੂੰ ਸਭ ਸੇ ਨਿਆਰਾ, ਅਜਬ ਤੇਰੀ ਕੁਦਰਤ ਯਾ ਪਰਵਰਦਿਗਾਰਾ। ਹੁਣ ਅਸਾਂ ਆਖਿਆ ਤੇ ਲਾਲਾ ਸਾਡਾ ਗਿਆ ਉੱਥੇ ਅੰਦਰ ਥਾਣੇ 'ਚ ਵੰਜਦੇ ਬੰਦਾ ਸਾਬਤ ਕੋਈ ਨਾ ਆਉਂਦਾ, ਅਤੇ ਕੁਦਰਤੀ ਰਾਤੀ ਅਸਾਂ ਤਾਂ ਅਸੀਂ ਰੋਜ਼ ਦੋ ਬੈਠੋ ਦੇਖ ਕਿਸਮ ਦਾ। ਨਮਸਕਾਰ, ਸਤਿ ਸ਼੍ਰੀ ਅਕਾਲ, ਅਸਲਾਮ ਵਾਲੇਕੁਮ। ਅੱਜ ਮੈਂ ਬੈਠਾ ਹਾਂ ਹਿਸਾਰ। ਹਿਸਾਰ ਉਹ ਸ਼ਹਿਰ ਹੈ ਜਿਹੜੇ ਮੁਲਤਾਨ ਨੂੰ ਹਿਸਾਰ ਅਲਾਟ ਹੋਇਆ ਸੀ, ਲੇਕਿਨ ਇਹ ਜਿਹੜੇ ਬੰਦੇ ਹਨ ਇਹ ਆਪਣੇ ਹਾਸੀ ਦੇ ਹੀ ਹਨ। ਸ਼੍ਰੀ ਲਾਲ ਚੰਦ ਜੀ ਗਰੋਵਰ ਜਿਹੜੇ ਸਰਦਾਰਪੁਰ ਦੇ ਹਨ, ਤਹਿਸੀਲ ਕਬੀਰ ਵਾਲਾ ਦੇ, ਇਹਨਾਂ ਨਾਲ ਗੱਲਾਂ ਕਰੇ ਸੂੰ ਅੱਜ, ਅਤੇ ਇਹਨਾਂ ਦੇ ਪੁਰਾਣੀ ਉਹ ਗੱਲਾਂ ਨੂੰ ਯਾਦ ਕਰੇ ਸੂੰ, ਅਤੇ ਇਹਨਾਂ ਦੇ ਕੋਈ ਦੋਸਤਾਂ ਦੇ ਨਾਮ ਜਿਹੜੇ ਦੱਸੇ ਸਨ ਤੁਹਾਨੂੰ, ਅਗਰ ਉਹ ਮਿਲਦੇ ਹਨ ਤਾਂ ਉਹਨਾਂ ਦੇ ਬਾਰੇ 'ਚ ਕਮੈਂਟ ਬੋਕਸ 'ਚ ਦੱਸੋ, ਤਾਂ ਕਿ ਇਹਨਾਂ ਦੋਸਤਾਂ ਨੂੰ ਵੀ ਆਪਸ ਮਿਲਾਇਆ ਜਾ ਸਕੇ। ਤਬ ਨਵਾਬ ਸਾਹਿਬ ਨੇ ਉਸੇ ਨਜ਼ਦੀਕ ਬੁਲਾ ਕਰ ਪੁੱਛਾ ਕਿ ਆਪ ਨਾਨਕ ਪਰ ਕਿਆ ਫਰਿਆਦ ਕਰਨਾ ਚਾਹਤੇ ਹੈ। ਮੁੱਲਾ ਕਹਿਣੇ ਲਗਾ, ਨਵਾਬ ਹਜ਼ੂਰ ਮੇਰੀ ਆਪ ਸੇ ਗੁਜ਼ਾਰਿਸ਼ ਹੈ ਕਿ ਜੋ 760 ਰੁਪਏ ਨਾਨਕ ਕੇ ਆਪ ਕੇ ਜ਼ਿੰਮੇ ਨਿਕਲਤੇ ਹੈ, ਵੋ ਆਪ ਉਸਕੇ ਕਬੀਲਾ ਕੋ ਦੇ ਦੇਵੇਂ। ਤਬ ਨਵਾਬ ਨੇ ਕਹਾ, ਅਰੇ ਮੁੱਲਾ, ਨਾਨਕ ਤੋਂ ਕਹਿ ਗਿਆ ਹੈ ਕਿ ਵੋ ਮੇਰੇ ਰੁਪਏ ਫਕੀਰੋਂ ਕੋ ਦੇ ਦੋ। ਤਾਂ ਨਵਾਬ ਸਾਹਿਬ ਕਾ ਇਹ ਜਵਾਬ ਸੁਣ ਕਰ ਮੁੱਲਾ ਭੋਲਾ, ਹਜ਼ੂਰ ਨਾਨਕ ਕਾ ਮੈਂ ਨਾਨਕ ਕਾ ਆਪ ਕਿਆ ਜ਼ਿਕਰ ਕਰਤੇ ਹੈ, ਵੋ ਤੋ ਦਿਨ ਰਾਤ ਗੁਰੂਓਂ ਕੇ ਪਾਸ ਬੈਠਾ ਰਹਿਤਾ ਹੈ, ਅਬ ਆਪ ਹੀ ਫੈਸਲਾ ਕਰੇਂ ਕਿ ਘਰ 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 ਕਾ ਖਰਚ ਕੈਸੇ ਪੂਰਾ ਹੋਗਾ। ਫਿਰ ਨਵਾਬ ਆਪਣਾ ਸਭ ਤੋਂ ਪਹਿਲਾਂ ਆਪਣਾ ਨਾਂ ਦੱਸੋ। ਲਾਲ ਚੰਦ। ਲਾਲ ਚੰਦ ਗਰੋਵਰ। ਗਰੋਵਰ, ਹਾਂਜੀ। ਆਪਣੇ ਪਿਤਾ ਜੀ ਦਾ ਨਾਂ? ਸ਼੍ਰੀ ਫਕੀਰ ਚੰਦ। ਫਕੀਰ ਚੰਦ, ਹਾਂਜੀ। ਪਿੱਛਾ ਕਿੱਥੇ ਰਹਿੰਦੇ ਆਵੇ? ਸਰਦਾਰਪੁਰ। ਸਰਦਾਰਪੁਰ, ਹਾਂ। ਸਰਦਾਰਪੁਰ ਤਹਿਸੀਲ ਤਕਬੀਰ ਵਾਲਾ ਹੋ ਗਈ? ਹਾਂਜੀ, ਜ਼ਿਲ੍ਹਾ ਮੁਲਤਾਨ। ਜ਼ਿਲ੍ਹਾ ਮੁਲਤਾਨ, ਅੱਛਾ। ਤੁਸੀਂ, ਤੁਹਾਡਾ ਜਨਮ ਕਦਾਂ ਦਾ ਹੈ? 33 ਦਾ। 1933 ਦਾ? ਹਾਂ, ਸਤੰਬਰ 1933। ਸਤੰਬਰ 1933 ਦਾ, ਤਾਂ ਤੁਸੀਂ 47 ਵਾਲੇ ਲਗਭਗ 14-15 ਸਾਲਾਂ ਦੇ ਹੋ ਗਏ। ਹਾਂ, 8ਵੀਂ ਪਾਸ ਕਰਕੇ ਕਬੀਰ ਵਾਲ ਗਏ ਹੋਏ, ਦਾਖਲ ਹੋਇਆ ਕਬੀਰ ਵਾਲੇ। ਪੜ੍ਹੇ ਕਬੀਰ ਵਾਲੇ ਆਵੇ? ਨਾ, ਪੜ੍ਹਿਆ ਸਰਦਾਰਪੁਰ। ਆਮ 8 ਵਰਨੈਕੁਰਲ ਫੀਨਲ ਮੈਡਲ ਉਰਦੂ ਦੀ ਕੀਤੀ ਆਈ। ਅੱਛਾ, ਵਰਨੈਕੁਰਲ ਮਿਡਲ ਸਕੂਲ ਫਾਈਨਲ ਉਰਦੂ ਆਪਣਾ ਸਰਦਾਰਪੁਰ। ਉਰਦੂ ਪੜ੍ਹੀ ਸਿਰਫ, ਹੋਰ ਕਾਸ਼ੇ ਕਾ ਨਾ ਹੀ ਉੱਥੇ ਕਾਸ਼ੇ ਨਾ ਹੀ ਹੋਰ। ਅੱਛਾ, ਤੁਹਾਡੇ ਹਾਣੀ ਜਿਹੜੇ ਹਨ ਸਰਦਾਰਪੁਰ ਦੇ ਹਨ, ਆਲੇ ਦੁਆਲੇ ਦੇ ਹਨ? ਸਰਦਾਰਪੁਰ ਦੇ ਹਨ, ਆਲੇ ਦੁਆਲੇ ਦੇ ਹਨ। ਮੁਹੰਮਦਪੁਰ, ਚਾਨਣਾਂ ਦੀ ਬਸਤੀ, ਚੌਕੀ ਮੂਹਾਂ, ਸੁੱਡਿਆਂ ਵਾਲਾ। ਹੋਰ ਚਾਨਣਾਂ ਦੀ ਬਸਤੀ ਕਿਹੜੀ? ਨਵਾਂਸ਼ਹਿਰ। ਨਵਾਂਸ਼ਹਿਰ, ਅੱਛਾ। ਉਹ ਚਾਨਣਾਂ ਦੇ ਵਸਾਇਆ ਮਮਦਾਲ, ਇਹ ਸਾਰੇ ਪਿੰਡ ਪਾਉਂਦੇ ਹਨ। ਅੱਛਾ, ਅੱਛਾ। ਅਤੇ ਕਬੀਰ ਵਾਲਾ ਤੋਂ ਚੌਖੀ ਦੂਰ ਆਈ ਤੁਹਾਡੇ ਗਾਮ ਤੋਂ? 12 ਮੀਲ, 8 ਕੋ। ਪੁਰਾਣੇ 8 ਕੋ ਆਉਂਦੇ ਨੇ, 1.5 ਕੋਲ ਦਾ ਮੀਲ ਹੁੰਦਾ, 1.5 ਮੀਲ ਦਾ ਕੋ, 8 ਕੋ ਆਏ। ਉੱਥੇ ਕਛੇ ਦਾ ਕੰਮ ਆਈ ਆਪਣਾ ਉਹਦੇ ਬਾਬੂ ਜੀ ਦਾ? ਨਾ, ਸਾਡੇ ਤੁਸੀਂ ਸਰਦਾਰਪੁਰ ਆਏ ਕੰਮ? ਸਰਦਾਰਪੁਰ ਕਛੇ ਦਾ ਆਈ, ਹਲਵਾਈ ਦਾ ਆਈ। ਅੱਛਾ, ਅੱਛਾ, ਸਰਦਾਰਪੁਰ ਦੇ ਅੰਦਰ ਹੀ? ਹਾਂ, ਚੌਖਾ ਵੱਡਾ ਆਈ ਗਿਆ ਸਰਦਾਰਪੁਰ। ਇਹ ਮਤਲਬ ਜਿਤਨੀ ਇਹ ਬਾਜ਼ਾਰ ਹੈ ਸਾਰੇ ਇਹਨਾਂ ਦੇ ਸੇਠਾਂ ਦੇ ਘਰ ਤੱਕ ਇਤਨਾ ਲੰਬਾ ਬਾਜ਼ਾਰ ਹੈ। ਅੱਛਾ, ਹਾਂ, ਘਰ ਤਾਂ ਕਾਫੀ ਸਾਰੇ ਹਨ, ਪੂਰੇ ਗਾਓਂ ਆਏ ਬਸੇ ਹੋਇਆ। ਅੱਛਾ, ਚੰਗਾ ਵੱਡਾ ਆਈ। ਹਾਂ, ਕੋਈ ਨੇੜੇ ਮੁਸਲਮਾਨ ਘਾਂਦੇ ਹਨ? ਇਸ ਸਾਈਡ 'ਤੇ ਅਸਾਂ ਹਿੰਦੂ ਆ, ਇਸ ਸਾਈਡ 'ਤੇ ਮੁਸਲਮਾਨ ਹਨ ਸਾਰੇ, ਜਿਵੇਂ ਸਾਡੀ ਗੱਲੀ ਵੱਜਦੀ ਪਈ ਆਈ ਨਾ, ਇਸ ਸਾਈਡ 'ਤੇ ਮੁਸਲਮਾਨ ਹਨ, ਇਸ ਸਾਈਡ 'ਤੇ ਹਿੰਦੂ ਹਨ। ਅੱਛਾ, ਤਾਂ ਉਹਨਾਂ ਦੇ ਨਾਲ ਸੇਵਾ ਕੀ ਹੋ ਜੀ ਆਈ? ਬਿਲਕੁਲ ਬਰਾਵਾਂ ਤਰ੍ਹਾਂ, ਬਿਲਕੁਲ ਬਿਲਕੁਲ, ਕੋਈ ਫਰਕ ਨਹੀਂ ਲੱਗਦਾ? ਨਾ, ਬਿਲਕੁਲ ਕੋਈ ਫਰਕ। ਆਉਣਾ ਜਾਣਾ ਹਾਈ? ਆਉਣਾ ਜਾਣਾ ਹਾਈ, ਸ਼ਾਦੀਆਂ ਸ਼ੋਦੀਆਂ 'ਤੇ ਆਉਂਦੇ ਰਹਿੰਦੇ ਆਸੇ। ਹਾਂ, ਉਹ ਤਾਂ ਜਿਹਨੇ ਉਹਨਾਂ ਦੇ ਵਾਸਤੇ ਵੱਖਰਾ। ਹਾਂ, ਜਿਵੇਂ ਹੁੰਦਾ ਉਸ ਮੌਕੇ 'ਤੇ ਜੀ ਗੱਲ ਆਈ। ਅਤੇ ਤੁਹਾਡੇ ਜਿਹੜੇ
ਹਾਣੀਆਂ ਅੜੋਸ ਪੜੋਸ ਵਿੱਚ ਕੋਈ ਮੁਸਲਮਾਨ ਦੋਸਤ ਹੀ ਹਨ? ਹਾਂ ਹਨ। ਕੀ ਨਾਂ ਜੀ ਉਹਨਾਂ ਦਾ? ਇੱਕ ਤਾਂ ਹਾਸ਼ਿਮ ਆਈ, ਉਹਦਾ ਪਿਓ ਦਰਖਾਣਾ ਦਾ ਕੰਮ ਕਰਨ ਦਾ, ਖਾਤੀਆਂ ਦਾ, ਹਾਸ਼ਿਮ ਹਾਸ਼ਿਮ। ਹਾਂ, ਇੱਕ ਮੁਹੰਮਦ ਆਈ, ਆਪਣਾ ਗੁਲਾਮ ਮੁਹੰਮਦ ਆਈ, ਉਹਦਾ ਪਿਓ ਨਾਈਆਂ ਦਾ ਕੰਮ ਕਰਨ ਦਾ ਆਏ, ਸਰਦਾਰਪੁਰ ਦਾ ਹੀ, ਸਰਦਾਰਪੁਰ ਦਾ। ਅਤੇ ਨਾਲ ਸਾਡੇ ਪਿੰਡ ਹੈ ਚੌਕੇ ਮੂਹਾਂ, ਜਿੱਥੇ ਹਰਾਜ ਸਿਆਲ ਰਹਿੰਦੇ ਹਨ ਨਾ, ਉੱਥੋਂ ਦੇ ਮਾਮਾ ਆਪਣਾ ਉਹਨਾਂ ਦੇ ਰਾਜਾਂ ਦੇ ਛੋਰ ਮੇਰੇ ਦੋਸਤ ਹਨ। ਕੀ ਨਾਂ ਉਹਨਾਂ ਦਾ? ਇੱਕ ਦਾ ਨਾਂ ਆਏ ਇਕਬਾਲ, ਇੱਕ ਦਾ ਅਹਿਮਦ ਮੁਹੰਮਦ, ਇੱਕ ਦਾ ਮੁਹੰਮਦ ਅਹਿਮਦ, ਤੇਰਾ ਭਰਾ ਹਨ। ਇਹ ਤੁਹਾਡੇ ਨਾਲ ਖੇਡਦੇ ਹਨ? ਉੱਥੇ ਅੱਠਵੀਂ ਤੱਕ ਰਲੇ ਪੜੇ ਆ, ਸਕੂਲ ਵਿੱਚ ਰਲੇ ਪੜੇ। ਹਾਂ ਠੀਕ ਹੈ। ਸਕੂਲ ਵਿੱਚ ਜਿਹੜੇ ਉਹ ਮਾਸਟਰ ਹੁੰਦੇ ਹਨ, ਉਹਨਾਂ ਦਾ ਕੀ ਨਾਮ ਆਈ? ਇੱਕ ਦਾ ਨਾਮ ਆਈ ਅਮੀਰ ਮੁਹੰਮਦ, ਉਹ ਕਸਾਈ ਦਾ ਕੰਮ ਕਰਿਆ, ਸਾਨੂੰ ਕਲਾਸ ਪੜ੍ਹਾਈ ਫਾਰਸੀ, ਫਾਰਸੀ ਪੜ੍ਹਾਈ। ਅਮੀਰ ਮੁਹੰਮਦ, ਅਮੀਰ ਮੁਹੰਮਦ। ਹੋਰ ਇੱਕ ਆਪਣਾ ਅਹਿਮਦ ਬਖਸ਼ ਆਈ, ਉਹ ਸਰੈ ਸਿੱਧੂ ਦਾ ਆਈ, ਉਹ ਛੇਵੀਂ ਤੱਕ ਉਹਦੇ ਕੋਲ ਪੜ੍ਹੇ ਵਾਸਤੇ ਸਾਰੇ। ਉਰਦੂ ਪੜ੍ਹਿਆ ਵੇ? ਹਾਂ, ਉਰਦੂ ਉਥਾ ਹੀ, ਉਰਦੂ ਮਤਲਬ ਹੁਣ ਹੀ ਪੜ੍ਹ ਲਿਖ ਲੈਂਦੇ ਹੋ? ਹਾਂ, ਪੜ੍ਹ ਲਿਖ ਲੈਣਾ, ਬਾਕੀ ਹੁਣ ਨਜ਼ੀਰ ਦੀ ਕਮੀ ਤਾਂ ਘੱਟ ਵੱਧ ਹੈ, ਇਸ ਦਿਨ ਪ੍ਰੈਕਟਿਸ ਕੋਈ ਨਾ, ਮੈਂ ਰਮਾਇਣ ਉਰਦੂ ਦੀ ਰੱਖੀ ਹੋਈ ਆ, ਭਗਵਤ ਕੀਤੇ ਉਰਦੂ ਦੀ ਪੜ੍ਹਨਾ। ਜਿਹੜਾ ਸਕੂਲ ਅੱਠਵੀਂ ਤਾਂ ਆਈ, ਉਸ ਟਾਈਮ ਆਪਣੇ ਯਾਰ ਬੇਲੀ ਨਾਲ ਜਿਹੜੀ ਉੱਥੋਂ ਦੀ ਸ਼ਰਾਰਤਾਂ ਹੁੰਦੀਆਂ ਨੇ ਉਹ ਕੀ ਕਰਦੇ ਆ? ਸ਼ਰਾਰਤਾਂ ਕੋਈ ਨਾ, ਤਾਂ ਖੇਲ ਖੇਲਦੇ ਆ ਅਸੀਂ, ਕਿਹੜੇ? ਕਬੱਡੀ, ਪੇੜ ਦੋਧਾ, ਤਲੀਆਂ, ਪੁਰਾਣੇ ਖਿਆਲ ਜਿਹੜੇ ਹੁੰਦੇ ਹਨ, ਇਹ ਵੀ ਨਹੀਂ ਪਕੜਨਾ। ਤੁਸੀਂ ਜਿਹੜਾ ਸਰਦਾਰਪੁਰ ਦੀ ਗੱਲ ਕਰੋ, ਗਾਮ ਸਰਦਾਰਪੁਰ ਦੇ ਅੰਦਰ ਆਪਣਾ ਮਕਾਨ ਪੱਕਾ ਬਣਿਆ ਹੋਇਆ ਕੱਚਾ ਬਣਿਆ ਹੋਇਆ ਜੀ? ਪੱਕਾ ਹੈ, ਪੱਕਾ ਬਣਿਆ ਹੋਇਆ ਜੀ, ਪਹਿਲੂ ਕੱਚਾ ਹੈ, ਪਿੱਛੇ ਪੱਕਾ ਬਣਾ ਲਿਆ ਹੈ, ਮਤਲਬ ਪੱਕਾ ਬਣਿਆ ਹੋਇਆ ਜੀ ਉਸ ਵੇਲੇ ਦਾ। ਤਾਂ ਜਿਹੜੇ ਮੁਸਲਮਾਨ ਹਨ ਉੱਥੇ, ਉਹ ਬਾਲਾਂ ਨਾਲ ਹੀ ਖੇਡਣ ਆਈ ਕਿ ਉਂਝ ਵੀ ਘਰ ਆਉਣਾ ਜਾਣਾ ਹੈ? ਘਰ ਹੀ ਆਈ, ਸਾਹਮਣੇ ਆਵਣੇ ਸਾਹਮਣੇ ਬੈਠੇ ਆ। ਅੱਛਾ, ਅਤੇ ਅਗਰ ਘਰ ਤੁਹਾਡੇ ਕੋਲ ਪੁੱਛਿਆ ਜਾਵੇ ਵੀ ਕਿਹੜੀ ਥਾਂ 'ਤੇ ਆਈ, ਬਿਲਕੁਲ ਜਿਵੇਂ ਸਰਦਾਰਪੁਰ ਵੜੇ, ਹਾਂ ਪੂਰਾ ਰਾਹ ਸਮਝਾਓ ਕਿਵੇਂ ਘਰ ਪੜ ਸਕੂਲ ਵਿੱਚੋਂ ਨਿਕਲ ਕੇ ਸਿੱਧੀ ਬਾਜ਼ਾਰ ਆ ਕੇ, ਘੱਟ ਤੋਂ ਘੱਟ 8-10 ਦੁਕਾਨਾਂ ਹੋ ਸਨ ਉਸ ਬਾਜ਼ਾਰ ਵਿੱਚ, ਬਾਜ਼ਾਰ 11-12 ਦੁਕਾਨ ਸਾਡੀ ਆਪਣੀ ਆਈ, ਅਤੇ ਉਸ ਵਿੱਚੋਂ ਗੱਲੀ ਵੱਜਦੀ ਆਈ, ਦੁਕਾਨ ਆਈ ਹਲਵਾਈ ਜੀ, ਠੀਕ ਹੈ, ਇਸ ਵਿੱਚ ਗੱਲੀ ਵੱਜਦੀ ਆਈ, ਉਹ ਗੱਲੀ ਨਿਕਲ ਬਾਹਰ ਰੋਡ ਤੋਂ ਨਿਕਲ ਵੱਜਦੀ ਹੈ ਬਸ ਸਾਡੇ ਤਿਰ। ਅੱਛਾ, ਅਤੇ ਉਹ ਗੱਲੀ ਇਹ ਸਾਨੂੰ ਮੁਸਲਮਾਨ ਬੈਠਿਆ ਨੇ, ਸਾਫ ਹਿੰਦੂ ਬੈਠੇ, ਦੁਕਾਨ ਦੀ ਬੈਕ ਸਾਈਡ ਪਾਉਂਦੀ ਹੈ ਘਰ ਦੇ, ਮਤਲਬ ਦੋ ਤਰ੍ਹਾਂ ਮਕਾਨ ਛੋੜ ਕੇ। ਅੱਛਾ ਅੱਛਾ, ਕੋਈ ਨੇੜੇ ਖੂਹ ਹੀ ਪਾਉਂਦਾ ਆਈ? ਹਾਂ, ਖੂਹ ਸਾਡੇ ਸਾਹਮਣੇ, ਦੁਕਾਨ ਦੇ ਸਾਹਮਣੇ ਆਈ, ਖੂਹ ਹੀ ਆਈ, ਛਮਕਿਆਂ ਨਾਲ ਮਰਦੇ ਹਨ, ਦਿਆਲ ਦੀਆਂ ਲੜੀਆਂ ਬਣੀਆਂ ਹੀ ਹੁੰਦੀਆਂ ਹਨ, ਜਿਹੜਾ ਸਾਰਾ ਗਲਤ ਕਰਦਾ। ਸੁਣਾਓ ਕੋਈ ਵਾਕਿਆ ਸੁਣਾਓ ਮਾਸਟਰ ਦਾ, ਜਿਹਨੇ ਤੁਹਾਡੇ ਨਾਲ ਕੋਈ ਹੋਈ ਹੋਵੇ ਜਾਂ ਕਲਾਸ ਵਿੱਚ ਕਿਆ ਹੋਰ ਬਾਲ ਨਾਲ ਹੋਈ ਹੋਵੇ? ਇੱਕ ਆਪਾਂ ਫਾਰਸੀ ਪੜ੍ਹਦੇ ਆ, ਤਿੰਨ ਲੜਕੇ ਆਸੇ, ਆਪਾਂ ਇਕੱਠੇ ਜੁੱਟ ਆਉਂਦਾ ਹੈ ਸਾਡਾ। ਇੱਕ ਨਾਮ ਆਈ, ਇੱਕ ਦਾ ਨਾਂ ਇਕਬਾਲ ਆ, ਇੱਕ ਦਾ ਨਾਂ ਗਣਿਸ਼ਾਮ ਮੈਦਾਨ, ਇੱਥੇ ਮਾਸਟਰ ਲੱਗਾ ਰਿਹਾ, ਗਣਿਸ਼ਾਮ ਮੈਦਾਨ ਨਾਨਕ ਚੱਕ ਅਖਬਾਰ ਵਾਲੇ ਦਾ ਵਿਰਾਹ, ਉਹ ਮੇਰੇ ਕਲਾਸ ਫੈਲੋ ਆਈ। ਅੱਛਾ, ਅੱਠਵੀਂ ਤੱਕ ਰਲੇ ਪੜ੍ਹੇ ਆਸੇ, ਅਸਾਂ ਤਰੇ ਜਣੇ ਹੁੰਦੇ ਆਸੇ, ਜਦੋਂ ਉਹ ਫਾਰਸੀ ਪੜ੍ਹਾਈਂਦਾ ਆਏ ਨਾ, ਤਾਂ ਅਸਾਂ ਤਰੇ ਜਣੇ ਆਪਾਂ ਦੇ ਗੱਪਾਂ ਮਰਿੰਦੇ ਰਹਿ ਪੈਂਦੇ ਆਸੇ, ਅਤੇ ਰਾਤ ਗਾਰ ਆ ਕੇ ਉਹਦੀ ਜਿਹੜਾ ਮਦਮੋਨ ਸਮਝਾਈਂਦਾ ਉਹ ਪੜ੍ਹ ਪੁੜ ਲੈਂਦੇ ਆਸੇ, ਸਵੇਰੇ ਸਾਨੂੰ ਵੇਖਦਾ ਵੀ ਗੱਪਾਂ ਮਰਿੰਦੇ ਬੈਠੇ ਨੇ, ਅਤੇ ਸਵੇਰੇ ਸਾਡੇ ਕੋਲ ਉਹ ਆਪਰੇਸ਼ਨ ਪੁੱਛਦਾ ਹੈ ਮੁਨਸ਼ੀ, ਵੀ ਇਹਨਾਂ ਨੂੰ ਆਉਣਾ ਕੋਈ ਨਹੀਂ, ਤਾਂ ਛਮਕਾ ਲਈ ਬੈਠੇ ਹੁੰਦੇ ਹਨ ਜਾਲ ਵਾਲੀਆਂ ਹੱਥੇ, ਜਿਹੜਾ ਕੁਝ ਆਪਰੇਸ਼ਨ ਪੁੱਛੇ ਜਿਹਨਾਂ ਨੂੰ ਪੜ੍ਹਾਈਂਦਾ ਉਹ ਬੋਲਵਾਂ ਅਸਾਂ ਸਹੀ ਦੱਸਦੇ ਆਸੇ, ਬੋਲ ਉਹਦੀ ਜ਼ਬਾਨ ਹੀ ਨਿਕਲਦੀ ਆਈ ਗਾਲ, ਭੈਣ ਚੋਦ ਕੁੱਤੀ ਦੇ ਬੱਚੇ ਇੱਥੇ ਤਾਂ ਖੇਡਦੇ ਰਹਿ ਲੈਂਦੇ ਹੋ, ਪੜ੍ਹ ਕਿੱਥੇ ਲੈਂਦੇ ਹੋ? ਮਤਲਬ ਪੜ੍ਹਾਈ ਠੀਕ ਆਵੇ? ਹਾਂ, ਪੜ੍ਹਾਈ ਠੀਕ ਆ। ਅੱਛਾ, ਤਿੰਨੋਂ ਜਣੇ? ਤਿੰਨੋਂ ਜਣੇ ਫਸਟ ਕਲਾਸ। ਮੈਂ ਇੱਥੇ ਨਾਰਮਲੀ ਕਰਨ ਲੱਗ ਆਪਣੇ ਪਿਓ ਕਰਨ ਨਾ ਦਿੱਤਾ, ਲਾ ਲਓ ਜੀ ਪੈਸੇ ਦੋ ਵਿਰਾਓ ਆਪਣਾ, ਹੁਣ ਕੰਮ ਕਰੋ, ਹੁਣ ਪੜ੍ਹਾਈ ਦਾ ਛੋੜੋ, ਹੁਣ ਹੁਣ ਅੱਜ ਪਟਵਾਰੀ ਮੇਰੀ ਹੋ ਗਈ, ਐਡਮਿਸ਼ਨ ਹੀ ਹੋ ਗਈ ਆਈ, ਮੈਂ ਬਿਸਤਰਾ ਬੰਨ ਲਿਆ, ਮੈਂ ਚੱਲਣਾ ਨਹੀਂ ਕਰਦਾ, ਤੁਸੀਂ ਕਹਿੰਦਾ ਜਾ ਦੋ ਵਿਰਾ ਇੱਥੇ ਕੰਮ ਕਰੋ, ਮੈਂ ਹੁਣ ਬੁੱਢਾ ਹੋ ਗਿਆ, ਤੇਰੇ ਕੰਮ ਕਰੋ। ਤਾਂ ਹੋਰ ਜਿਹੜੇ ਸ਼ਾਮ ਵਿੱਚ ਖੇਡਦੇ ਆਵੇ, ਹਾਂ ਉਸ ਟਾਈਮ ਵੀ ਕੋਈ ਕਹਿਣ ਨਾਲ ਗੋਲਮੇਲ ਰਹਿੰਦੇ ਆਵੇ ਵੀ ਜਿਵੇਂ ਲੜਾਈ ਝਗੜੇ 'ਚ? ਨਾ ਲੜਾਈ ਝਗੜੇ ਬਾਲਾਂ 'ਚ ਆਪਸ, ਨਾ ਬਾਲਾਂ ਨਹੀਂ, ਕੋਈ ਹੁੰਦਾ ਮਾੜਾ ਮੋਟਾ ਤਾਂ ਆਪਣਾ ਸੁਲਝ ਹੋ ਜਾਂਦਾ, ਘਰ ਘਰਾਂ ਤੱਕ ਨੌਬਤ ਕਾਹ ਨਾ ਜਾਂਦੀ। ਅੱਛਾ ਅੱਛਾ, ਅਤੇ ਜਿਹੜੇ ਉੱਥੇ ਹੋਰ ਜਿਹੜੇ ਅੱਜ ਆਲੇ ਦੁਆਲੇ ਲੋਕ ਰਹਿੰਦੇ ਹਨ, ਹਾਂ ਉਹ
ਕਿਹੜੇ ਤੋਂ ਜਾਤੀਆਂ ਦੇ ਹਨ ਤੁਸੀਂ ਆ ਕੇ? ਕੋਈ ਤਾਂ ਮੁਸਲਮਾਨ, ਕੁਝ ਹਿੰਦੂ, ਬਾਕੀ ਕਿਹੜੇ ਹਨ? ਕਹਾਰ ਹਨ, ਲੁਹਾਰ ਹਨ, ਕਸਾਈ ਹਨ, ਸਾਰੇ ਹਨ। ਹੁਣ ਤੁਸੀਂ ਜਿਲ੍ਹੇ 8ਵੀਂ ਕਲਾਸ 'ਚ ਹੋਏ, ਹਾਂ, ਤਾਂ ਤੁਹਾਨੂੰ ਪਤਾ ਲੱਗਿਆ ਵੀ ਇੱਥੋਂ ਹੁਣ ਜਾਣਾ ਪੋਸੀ? ਕਿਵੇਂ ਪਤਾ ਲੱਗਿਆ ਸਾਨੂੰ? ਪਤਾ ਐਡਮਿਸ਼ਨ, ਸਾਨੂੰ ਪਤਾ ਵੀ ਕਬੀਰਲ ਸਿਆਹ ਭਾਈ ਹੈ ਤਾਂ ਪੜ੍ਹਾਈ ਛੋੜ ਦੇਵਾਂ ਅਤੇ ਅੱਗਾ ਪੜ੍ਹਨਾ ਤਾਂ ਕਬੀਰਲ ਜਾਣਾ ਪੋਸੀ। ਅੱਛਾ, ਮਤਲਬ 8ਵੀਂ ਤੋਂ ਬਾਅਦ ਪੜ੍ਹਨਾ ਹੋਵੇ ਤਾਂ ਕਬੀਰਲ ਜਾਣਾ? ਤੁਸੀਂ ਇਹ ਗੱਲ ਦੱਸੋ ਵੀ ਅੱਗੇ ਉੱਪਰ ਪੜ੍ਹਨ ਹੋਰ ਬਾਲ ਵਹਿੰਦੇ ਹਨ ਕਬੀਰ ਵਾਲੇ? ਹਾਂ, ਉੱਥੇ ਦੋ ਤਰ੍ਹਾਂ ਵਹਿੰਦੇ ਆ ਸਰ। ਮੇਰੇ ਪੜੋਸੀ ਵਹਿੰਦੇ ਹਨ। ਵਹਿੰਦੇ ਹਨ, ਹਾਂ। ਅਤੇ ਇਹ ਦੱਸੋ ਕਿ ਬੋਰਡਿੰਗ ਹੀ ਰਹਿੰਦੇ ਆ ਸਰ ਉੱਥੇ? ਉਹ ਕਬੀਰ ਵਾਲੇ ਬੋਰਡਿੰਗ ਆਈ? ਹਾਂ, ਉਹ ਉਸ ਵੇਲੇ ਬੋਰਡਿੰਗ ਹੁੰਦੀ ਹੁੰਦੀ? ਹਾਂ, ਸਮਝ ਛੋਟੇ ਵੱਡੇ ਹੋਸਟਲ ਹੋਸਟਲ ਕੋਈ ਨਾ ਹੁੰਦੇ, ਉੱਥੇ ਹੀ ਸਕੂਲ ਦੇ ਵਿੱਚ ਰੱਖੇ ਹੋਏ ਹੁੰਦਾ, ਇੱਕ ਮੁਨਸ਼ੀ ਆਦਮੀ ਰੱਖੇ ਹੋਏ ਹੁੰਦਾ ਹੈ ਜਿਹੜਾ ਰੋਟੀ ਪਾਣੀ ਕਰਨ, ਬਵਰਚੀ ਹੁੰਦਾ ਆਈ, ਰੋਟੀ ਪਾਣੀ ਮਿਲਦੀ ਆਈ। ਅੱਛਾ, ਹਾਂ। ਅਤੇ ਜਿਲ੍ਹੇ ਉਹ ਕੋਈ ਜ਼ਮੀਨ ਜ਼ਮੂਨੀ ਆਈ ਉੱਥੇ? ਨਾ, ਸਾਡੀ ਤਾਂ ਕੋਈ ਨਾ, ਦੁਨੀਆ ਦੀ ਸਾਰ ਜ਼ਮੀਨ ਜ਼ਿੰਮੇਦਾਰ ਹਨ ਸਾਰੇ ਮੁਸਲਮਾਨ। ਅੱਛਾ, ਹਾਂ, ਸਾਰਾ ਖੇਤੀ ਉਹਨਾਂ ਦੀ ਹੁੰਦੀ? ਹਾਂ, ਹਾਂ। ਉਸ ਟਾਈਮ ਉੱਥੇ ਫਸਲਾਂ ਕਿਹੜੀ ਕੀ ਤਰ੍ਹਾਂ ਦੀ ਹੁੰਦੀ? ਫਸਲ ਸਾਰੀ ਹਰ ਫਸਲ ਹੁੰਦੀ ਆਈ, ਪਾਣੀ ਸਹੀ ਆਈ ਉੱਥੇ। ਨਹਿਰ ਸ਼ੁਦਾਬਾਦ ਬਰਾਂਚ ਲੱਗੀ ਹੋਈ, ਅਸਲ ਨਵੀਂ ਨਹਿਰ ਬਣੀ ਆਈ ਸ਼ੁਦਾਬਾਦ ਬਰਾਂਚ, ਇੱਥੋਂ ਆਪਣਾ ਸਰਾ ਸਿੱਧੂ 'ਚ ਨਿਕਲਦੀ ਆਈ, ਉਹਦੇ ਨਾਲ ਸ਼ੁਜਾਬਾਦ ਬਰਾਂਚ ਰੱਖੇ ਹੋਏ ਹਨ। ਖਾਨੇਵਾਲ ਚੌਕੀ ਦੂਰ ਹੁੰਦਾ ਆਈ? ਖਾਨੇਵਾਲ ਤਾਂ ਕਬੀਰ ਵਾਲ ਤੋਂ ਅੱਗੋਂ ਹੁੰਦਾ ਆਈ, 6-7 ਮੀਲ। 6-7 ਮੀਲ, ਹਾਂ, ਯਾਨੀ ਕਿ ਚਾਰ ਪੰਜ ਕੋ ਲਾ ਲਓ, ਮਤਲਬ ਟੋਟਲ 8 ਤੇ 4, ਹਾਂ 8, ਹਾਂ 12 ਕੋ ਖਾਨੇਵਾਲ ਹੋ ਗਿਆ ਤੁਹਾਡਾ, ਹੈ, ਹਾਂ 12 ਕੋ ਤੇ 4, ਹਾਂ 12 ਕੋ 16 ਕੋ ਹੋ ਗਿਆ। ਤੁਸੀਂ ਆ ਗਏ ਨਾ 8 ਕੋ? ਹਾਂ 8 ਕੋ, ਹਾਂ 12 ਮੀਲ ਅਤੇ 6 ਮੀਲ 18 ਮੀਲ ਸਮਝ ਲੈ। ਅੱਛਾ, ਖਾਨੇਵਾਲ ਗਏ ਹੋਵੇ ਕਦੇ? ਖਾਨੇਵਾਲ ਜਲ ਬਰਬਾਦ ਹੋਇਆ ਉਸ ਲਈ ਗਿਆ ਸੀ, ਮੈਂ ਪਹਿਲਾਂ ਕੋਈ ਕੰਮ ਪਿਆ ਨਾ ਕੋਈ ਗਿਆ। ਅੱਛਾ ਅੱਛਾ, ਅਤੇ ਜਿਲ੍ਹੇ 47 ਵੇਲੇ ਤੁਹਾਨੂੰ ਪਤਾ ਲੱਗਿਆ ਵੀ ਹੁਣ ਇੱਥੋਂ ਜਾਣਾ ਪੋਸੀ, ਹਾਂ, ਮਤਲਬ ਕਿਵੇਂ ਸਨੇ ਗਾਮਾਂ 'ਚ ਪਹੁੰਚਿਆ? ਗਾਮਾਂ 'ਚ ਕੋਈ ਨਾ ਪਹੁੰਚਿਆ, ਉੱਥੇ ਕਬੀਰ ਵਾਲੇ ਆਏ, ਉੱਥੇ ਮਾਸਟਰ ਹਾਈ ਮਨਜ਼ੂਰ ਹੁਸੈਨ, ਉਸ ਨਕਸ਼ਾ ਬਣਾ ਕੇ ਵੀ ਕਰ ਦਿੱਤਾ ਵੀ ਇਹ ਪਾਕਿਸਤਾਨ ਬਣਦਾ ਪਿਆ ਨੇ। ਅੱਛਾ, ਅਤੇ ਆਪਾਂ ਮਗੋੜ ਤੋਂ ਪਹਿਲੇ ਦੀ ਗੱਲ ਹੈ, ਹਾਂ 47 ਦੇ ਵਿੱਚ, ਮਤਲਬ ਵਿੱਚ ਪੜ੍ਹਦੇ ਨਾ ਕਬੀਰ ਵਾਲੇ ਪੜ੍ਹਦੇ ਆ, ਅਤੇ ਉਹ 47 ਦੌਰਾਨ ਸਮੇਂ ਲਓ ਨਾ, ਹਾਂ ਜਿਹੜਾ ਬਟਵਾਰ ਹੋਇਆ ਹੈ ਨਾ, ਉਸ ਅਗਸਤ 'ਤੇ ਸਾਨੂੰ ਨਕਸ਼ਾ ਵਿਖਾ ਦਿੱਤਾ ਹੈ, ਹਾਂ। ਆਪਾਂ ਬੋਰਡਿੰਗ ਜੋ ਜਿਹੜੇ ਘਰ ਗਏ ਉਸੇ ਹਫ਼ਤੇ ਹਫ਼ਤੇ ਵਹਿੰਦੇ ਆ ਨਾ, ਉੱਥੇ ਮਾਰਦਾੜ ਸ਼ੁਰੂ ਹੋ ਗਿਆ, ਡੋਸ ਪੜੋਸ ਸੁਣਿਆ, ਸਕੂਲ ਗਏ ਕੋਈ ਨਾ, ਬੋਰਡ ਦਾ ਸਮਾਨ ਉੱਥੇ ਹੀ ਰਹਿ ਗਿਆ। ਸਾਡੇ ਗਾਂ ਵਿੱਚ ਕੋਈ ਨਾ, ਅੜੋਸ ਪੜੋਸ ਜਗ੍ਹਾ ਰਾਹ ਬੰਦ ਹੋ ਗਿਆ, ਡਰ ਪੈਦਾ ਹੋ ਗਿਆ। ਅੱਛਾ ਅੱਛਾ, ਠੀਕ, ਤੂੰ ਮਤਲਬ ਘਰੋਂ ਫਿਰ ਕਿਤਨੇ ਬੰਦੇ ਆਵੇ ਜਿਹੜੇ ਚੱਲੇ ਉੱਥੋਂ? ਅਸਾਂ ਸੇ ਇੱਕ ਮੇਰਾ ਆਪਾਂ ਮਾਂ ਪਿਓ ਹਨ ਮੇਰੇ, ਦੋ ਭਰਾ ਸੇ, 5 ਭੈਣਾਂ ਹਨ, ਇੱਕ ਦਾਦੀ ਆਈ। ਤੁਸੀਂ ਕਿਤਨੇ ਨੰਬਰ ਵਾਲੇ ਹੋ? ਮੈਂ ਤਾਂ 3 ਨੰਬਰ 'ਤੇ, ਪਹਿਲੇ ਵੱਡਾ ਵਿਰਾਹ ਆਈ, ਮੁੜ ਭੈਣ ਆਈ, ਮੈਂ 4 ਨੰਬਰ, 2 ਭੈਣਾਂ, ਮੈਂ 4 ਨੰਬਰ 'ਤੇ ਹਾਂ। ਅੱਛਾ, ਸਾਰੇ ਚੱਲੇ ਉੱਥੋਂ? ਹਾਂ, ਸਮਾਨ ਸਮੂਨ ਚਾਹ ਕੇ ਤੁਰੇ? ਸਮਾਨ ਸਮੂਨ ਕੋਈ ਨਾ, ਮੇਰੇ ਪਿਓ ਤਾਂ ਆਖਿਆ ਫਿਰ ਮੈਂ ਮਾਂ ਨੂੰ ਲੈ ਵੇਸਾਂ, ਕਛ ਚਾਹੁੰਦੀ ਨਹੀਂ ਤਾਂ ਚਾਹ ਲਓ, ਨਹੀਂ ਤਾਂ ਆਪਣਾ ਬਿਸਤਰ ਬੰਨੋ ਚਾਹੋ। ਖਾਨੇਵਾਲ ਜਿਲ੍ਹੇ ਆਇਆ ਸੀ ਨਾ, ਉੱਥੇ ਜਿਲ੍ਹੇ ਚੱਲੇ, ਹਾਂ, ਪੜੋਸ ਪੜੋਸ ਵਾਲੇ ਜਿਹੜੇ ਮੁਸਲਮਾਨ ਉਹਨਾਂ ਤੁਹਾਡੀ ਹਿਮਾਇਤ ਕੀਤੀ ਫਿਰ? ਹਿਮਾਇਤ ਕਿਉਂ ਜੀ, ਸਿਆਲ ਹਰਾਜ ਹਨ ਸਰਦਾਰ ਵਲੀ ਮੁਹੰਮਦ, ਉਸਨੇ ਜਿਹੜੇ ਅੜੋਸ ਪੜੋਸ ਸ਼ਿਕਾਰ ਹੁੰਦੇ ਵੇਖੇ ਨਾ, ਸਾਨੂੰ ਉਠਾ ਕੇ ਆਪਣੇ ਪਿੰਡ 'ਚ ਬਹਾਇਆ ਸੀ, ਚੌਕੀ ਮੂੰਹ ਉਹਨਾਂ ਦੀ ਦਹਿਲ ਆਈ, ਦਹਿਲਦਾਰ ਜਿੱਥੇ ਬੈਠਾ ਹੈ ਨਾ, ਦਹਿਲਦਾਰ ਇੱਕ ਬਣੇ ਹੋਏ ਆਏ, ਅਤੇ ਸਰਦਾਰ ਵਲੀ ਮੁਹੰਮਦ ਮੈਂਬਰ ਆਪਣਾ ਮਿਊਂਸੀਪਲ ਕਪੜਾ ਕਰਦਾ, ਵਿਧਾਨ ਸਭਾ ਦਾ ਮੈਂਬਰ ਹੀ ਲਾਹੌਰ ਅਸੈਂਬਲੀ 'ਚ, ਹਾਂ, ਕੀ ਨਾਮ ਆਈ? ਵਲੀ ਮੁਹੰਮਦ, ਸਰਦਾਰ ਵਲੀ ਮੁਹੰਮਦ। ਅੱਛਾ, ਫਿਰ ਉਹਨੇ ਆਪਣੇ ਉੱਥੇ ਬਿਠਾਇਆ? ਉਸ ਆਪਣੇ ਉਹਨਾਂ ਉੱਥੇ ਬਿਠਾਇਆ, ਸਾਡੀ ਬੜੀ ਹਿਫਾਜ਼ਤ ਕੀਤੀ, ਹਫ਼ਤਾ ਬੈਠੇ ਰਿਹਾ ਸੀ ਉਹਨਾਂ ਦੇ ਡੇਰੇ 'ਤੇ, ਸਾਰਾ ਸ਼ਹਿਰ, ਹਾਂ, ਜਿਹੜੇ ਇੱਕ ਦੋ ਉਹਨਾਂ ਦੇ ਲੜਨ ਵੜਨ ਵਾਲੇ ਹਨ ਨਾ, ਵੀ ਵੈਰ ਵਿਰੋਧ ਹਨ, ਉਹ ਲੱਗੇ ਗਏ ਸਰਦਾਰ ਆਪਣਾ ਹਰਾਜ ਉਹਨਾਂ ਦੇ, ਬਈ ਸਾਡੀ ਲੜਾਈ ਤਬ ਸੁਣਦੀ ਹੈ ਜੇ ਅਸੀਂ ਆਪਾਂ ਰਹਿ ਜਾਵਾਂ ਇੱਥੇ, ਤਾਂ ਹੁਣ ਤੁਸੀਂ ਮਰੇ ਪਏ ਹੋ, ਮਰਿਆਂ ਕੇ ਮਾਰਨਾ, ਆਪਾਂ ਹੁਣ ਵਿਰਾਹ ਹੈ, ਕੋਈ ਲੜਾਈ ਨਹੀਂ, ਉਹਨਾਂ ਨੂੰ ਲੈ ਕੇ ਉੱਥੇ ਆ ਜਾਣ, ਬੜੀ ਸੇਵਾ ਕੀਤੀ ਹਨ, ਪੈਰ 'ਤੇ ਖਲ ਉੱਤੇ ਰਹਿ ਪੈਂਦੇ ਹਨ। ਜਿਹੜੇ ਉਹਨਾਂ ਆਖਿਰ ਬੜੀ ਕੋਸ਼ਿਸ਼ ਕੀਤੀ ਬਈ ਮਤਲਬ ਤਬਾਦਲਾ ਨਾ ਹੋਵੇ, ਜਿਹੜੇ ਉਹਨੇ ਇੱਠਾ ਵੀ ਤਬਾਦਲਾ ਨਹੀਂ ਰੁਕਦਾ, ਉਸਦੇ ਨਾਲ ਉੱਥੋਂ ਦੋ ਸਿਪਾਹੀ, 4 ਆਦਮੀ ਆਪਣੇ ਬੱਸ ਭਰੇ ਸਨ, ਖਾਨੇਵਾਲ ਪਹੁੰਚਾ ਦਿੰਦੇ ਉੱਥੋਂ ਰੇਲਵੇ ਤੋਂ ਵਿੱਚ।
ਹਫ਼ਤਾ ਪੱਕਾ ਉਹਨਾਂ ਦੇ ਘਰ, ਖਾਂਦੇ ਪੀਂਦੇ ਬਾਅਦ ਆਪਣਾ ਲਿਆ ਸੀ, ਕੋਈ ਉਹਨਾਂ ਦਾ ਖਰਚਾ ਕੋਈ, ਆਪਣਾ ਮਾਲ ਮੂਲ ਬਣਾ ਕੇ ਗਏ ਵਾਸਤੇ। ਤੁਹਾਡੇ ਉਹ ਸਰਦਾਰਪੁਰ ਤੋਂ ਚੌਕੀ ਦੂਰ ਹੈ ਜਿੱਥੇ ਰਹੇ? ਇਤਨਾ ਜਿਵੇਂ ਸੇਠ ਸਾਹਿਬ ਦਾ ਘਰ ਹੈ ਬਸ, ਇੱਕ ਸਰਦਾਰਪੁਰ ਹੀ ਹੋਇਆ, ਸ਼ਹਿਰ ਹੀ ਹੋਇਆ ਨਾ, ਤਾਂ ਗਾਂ ਮੇਂ ਡੇਰਾ ਬਣਿਆ ਹੁੰਦਾ ਜੀ। ਹਾਂ ਮਤਲਬ ਆਪਣੀ ਵੱਖਰੀ ਜਾਤ। ਹਾਂ ਹਾਂ ਜੀ, ਮਤਲਬ ਉਹਨੇ ਤੁਹਾਡੇ ਨਾਲ ਸੇਵਾ ਸਾਰਿਆਂ ਨਾਲ ਠੀਕ ਕੀਤਾ, ਸਭ ਨਾਲ ਠੀਕ, ਖਾਨਵਾਦ ਪਹੁੰਚਾਉਂਦਿਆਂ ਤੱਕ ਉਹਨਾਂ ਦੀ ਹਿਫਾਜ਼ਤ ਰਹੀ, ਤੁਹਾਡਾ ਇੱਕ ਬੰਦਾ ਸ਼ਹਿਰ ਨੁਕਸਾਨ ਕੋਈ ਨਹੀਂ ਆਇਆ ਨਾ ਕੋਈ ਕਿਸੇ ਨੂੰ, ਜੇ ਆਪਣੇ ਆਪ ਚਾਹ ਕੇ ਉਹਨਾਂ ਨੂੰ ਮਾਲ ਦਿੱਤੇ ਟੁਰਨ ਵੇਲੇ ਯਾਰ ਦੋਸਤਾਂ ਜਿਵੇਂ ਬਸ। ਵਲੀ ਮੁਹੰਮਦ ਨਾਮ ਦੱਸਿਆ? ਹਾਂ ਉਹ ਚੌਕੀ ਉਮਰ ਦਾ ਆਈ ਉਹ ਆਪਾਂ ਵੇਖਿਆ ਨਹੀਂ ਲੱਗਦਾ, ਉਹ ਤੋਂ ਵੱਡਾ ਅਕਸਰ ਦਿਲਦਾਰ ਜੀ ਹੋਏ ਬਣ ਮੈਂਬਰ ਆਏ। ਵੱਡੀ ਉਮਰ ਦਾ ਹੋ ਗਿਆ। ਹਾਂ ਉਹਨਾਂ ਦੇ ਕੋਈ ਬਾਲਾਂ ਦੇ ਨਾਮ ਪਤਾ? ਹਾਂ ਉਹਨਾਂ ਦੇ ਨਾਂ ਦੇ ਪਤ ਤੁਹਾਨੂੰ ਦੱਸ ਦਿੰਦਾ, ਇੱਕ ਦਿਨ ਇਕਬਾਲ ਮੁਹੰਮਦ ਆਈ, ਇੱਕ ਮੁਹੰਮਦ ਅਹਿਮਦ ਆਈ, ਇੱਕ ਅਹਿਮਦ ਮੁਹੰਮਦ ਆਈ, ਕਈ ਆ ਨਾ ਮਤਲਬ ਉਹ ਗਾਮ ਦੇ ਮੁਸਲਮਾਨਾਂ ਨੇ ਤੁਹਾਡੀ ਹਿਮਾਇਤ ਕੀਤੀ ਉਹਨਾਂ ਦੀ, ਬੜੀ ਕੀਤੀ ਉਹ ਪੜਾਵਣ ਵਾਲੇ ਹੋਏ ਹਨ। ਅੱਛਾ ਉਹ ਤਾਂ ਯਾਦ ਆਉਂਦੇ ਤਾਂ ਹੀ ਹਿਮਾਇਤ ਕੀਤੀ, ਤਾਂ ਹੁਣ ਤਾਂ ਯਾਦ ਰੱਖੀ ਹੋਈ, ਯਾਦ ਰੱਖੀ ਹੋਈ, ਜੇ ਕੋਈ ਭਲਾ ਕਰੇ ਭਲਾ ਬੁਲਾਈ ਬੁਲਦੀ ਹੈ। ਠੀਕ ਗੱਲ ਹੈ। ਫਿਰ ਉਸ ਤੋਂ ਬਾਅਦ ਤੁਸੀਂ ਖਾਨੇਵਾਲ ਪਹੁੰਚ ਗਏ? ਖਾਨੇਵਾਲ ਪਹੁੰਚ ਗਏ। ਖਾਨੇਵਾਲ ਕਿਤਨਾ ਟਾਈਮ ਰਿਹਾ ਉੱਥੇ? ਫਿਰ ਖਾਨੇਵਾਲ ਰਿਹਾ ਸੀ ਅਸਾਂ ਹਫ਼ਤਾ, ਮੰਡੀ ਦੇ ਵਿੱਚ ਜਿਵੇਂ ਤੰਬੂ ਬਣੇ ਹੋਏ ਤੰਬੂ 'ਚ ਰਹਿ ਸੀ, ਜਿਵੇਂ ਕੈਂਪ ਲੱਗੇ ਹੋਏ। ਹਾਂ ਕੈਂਪ ਲੱਗਾ। ਉਸ ਟਾਈਮ ਖਾਨੇਵਾਲ ਵੇਖਿਆ ਤੁਸੀਂ? ਹਾਂ ਉਸ ਵਕਤ ਮੈਂ ਤਾਂ ਉਸ ਉਹ ਮੰਡੀ ਅਨਾਜ ਮੰਡੀ ਆ ਵੇਖੀਏ, ਪਿੱਛੇ ਮੁੜ ਮੇਰੀ ਬੂਆ ਬਿਮਾਰ ਹੋਈ ਸ਼ਹਿਰ ਫਿਰਿਆ ਸੀ ਡਾਕਟਰਾਂ ਵਾਸਤੇ, ਉਠਾਈ ਉਹ ਕੈਂਪ ਦੇ ਦੌਰਾਨ। ਹਾਂ ਅੱਛਾ ਅੱਛਾ, ਤਾਂ ਉਹ ਖਾਨੇਵਾਲ ਹਫ਼ਤਾ ਰਹੇ ਤਾਂ ਫਿਰ ਉਸ ਤੋਂ ਬਾਅਦ? ਫਿਰ ਉਸ ਤੋਂ ਬਾਅਦ ਰੇਲ ਗੱਡੀਆਂ ਆਈਆਂ, ਚੜ੍ਹਨ ਲੱਗੇ ਉਸੇ ਸਟੇਸ਼ਨ 'ਤੇ ਰੇਲਵੇ 'ਤੇ, ਰਾਜ ਅੱਗੋਂ ਸਾਰੇ ਦਾਰ ਜੋੜ ਖਲੋਤੇ ਹਨ, ਸਾਰੇ ਆਦਮੀ ਕਹਿੰਦੇ ਟੰਗ ਖੋ ਅਤੇ ਕਹਿ ਕੋ ਅਸਲ ਫੇਸ ਸੇਫ ਆਏ ਉਸੇ, ਲੇਕਿਨ ਅਸਾਂ ਸ਼ੁਰੂ ਤੋਂ ਜਿਹੜੇ ਨਾ ਇਹਨਾਂ ਮੁਸਲਮਾਨਾਂ ਦੇ ਜਿਹੜੇ ਕਰਜ਼ੇ ਹਨ ਨਾ ਹਿੰਦੂਆਂ ਦੇ, ਤਾਂ ਉਹਨਾਂ ਦਿੱਤੇ ਕੋਈ ਨਾ, ਜਿਹੜੇ ਉਹਨਾਂ ਗਾਣੇ ਗੁਣੇ ਰੱਖੇ ਹਨ ਉਹ ਜ਼ਬਰਦਸਤੀ ਆ ਕੇ ਲੈ ਗਏ। ਅੱਛਾ ਮਤਲਬ ਉਹਨਾਂ ਜਿਹੜੇ ਤੁਹਾਡੇ ਕੋਲ ਰੱਖੇ ਹੋਏ ਹਨ ਉਹ ਲੈ ਗਏ? ਹਾਂ ਪੈਸੇ ਤਾਂ ਮੈਂ ਦੇ ਦਿੱਤੇ ਅਤੇ ਗਾਣੇ ਲਵਾਉਣ ਦਾ ਬਣ ਕੇ ਆ ਗਏ, ਸਿਪਾਹੀ ਨਾਲ ਲਈ ਆਉਣ ਦਾ ਬਕਾਇਨ ਅਤੇ ਆਪਣਾ ਜ਼ੇਵਰ ਚਾਲ ਹੋਣ, ਇੱਕ ਮੇਰੇ ਮਾਮੇ ਰੱਖੇ ਹੋਏ ਹਨ ਕਹਿੰਦੇ ਜ਼ੇਵਰ, ਅਤੇ ਉਹ ਆਏ ਮਾਮਾ ਮੇਰੇ ਤਾਂ ਲੁੱਕ ਗਿਆ ਅਤੇ ਉਹ ਮੇਰੇ ਲਾਲਣ ਲੈ ਕੇ ਲੱਗੇ ਗਏ ਥਾਣੇ 'ਚ, ਸਿਪਾਹੀ ਆਏ, ਹੁਣ ਅਸੀਂ ਆਖਿਆ ਅਤੇ ਲਾਲਾ ਸਾਡਾ ਗਿਆ ਉੱਥੇ ਅੰਦਰ ਥਾਣੇ 'ਚ ਵੰਜਦੇ ਬੰਦਾ ਸਾਬਤ ਕੋਈ ਨਾ ਜਾਂਦਾ, ਅਤੇ ਕੁਦਰਤੀ ਰਾਤੀ ਅਸਾਂ ਤਾਂ ਅਸੀਂ ਰੋਜ਼ ਦੋ ਬੈਠੋ ਦੇ ਕਿਸਮ ਦੇ, ਅਤੇ ਉਹ ਆਪਣਾ ਹੈਬਤ ਖਾਨ ਡੇ ਆਏ ਖਾਨੇਵਾਲ ਦਾ, ਜਿਵੇਂ ਸਰਦਾਰਪੁਰ ਸਨ ਆਪਣਾ ਹਰਾਜਾਂ ਬਚਾਇਆ ਹੈ ਨਾ, ਸਾਰੇ ਖਾਨੇਵਾਲ ਦੀ ਹਿਫਾਜ਼ਤ ਉਸ ਕੀਤੀ ਹੈਬਤ ਖਾਨ ਡੇ। ਹਾਂ ਉਹ ਚੱਕਰ ਮਰੇ ਜਾਂਦਾ ਸਾਰੀ ਰਾਤ ਕਿੱਥੇ ਕਹਿੰਦੇ ਮੁਸਲਮਾਨ ਕੋਈ ਨੁਕਸਾਨ ਨਾ ਕਰੇ ਹਿੰਦੂਆਂ ਦਾ, ਉਹ ਕੁਦਰਤੀ ਗੁੰਮਦੇ ਗੁੰਮਦੇ ਉਹਦੇ ਨਾਲ ਲੀਸ ਪੀ ਆਈ, ਉਹ ਆ ਗਿਆ ਥਾਣੇ ਦੇ ਵਿੱਚ ਅਤੇ ਲਾਲਾ ਮੇਰਾ ਬੈਠਾ ਆਈ, ਇਸ ਨੂੰ ਕਿਉਂ ਬਾਹਰ ਰੱਖਿਆ ਨੇ ਥਾਣੇਦਾਰ ਤੋਂ ਪੁੱਛਿਓ, ਤਾਂ ਇਸ ਨੂੰ ਕਿਉਂ ਬਾਹਰ ਰੱਖਿਆ ਨੇ, ਇੰਝ ਇੰਝ ਜੀਕਰ ਦੇ ਸਾਲੇ ਨੇ ਜ਼ੇਵਰ ਰੱਖੇ ਹੋਏ ਹਨ ਅਤੇ ਫਲਾਨ, ਉਹਨਾਂ ਨੂੰ ਧਮਕਾਇਓ ਵੀ ਸਾਲੇ ਜੇ ਜ਼ੇਵਰ ਰੱਖੇ ਹੋ ਤਾਂ ਉਹ ਬਣਵਾਈ ਨਹੀਂ ਬਹਾ ਕੇ ਰੱਖੇ ਉਹਨੇ, ਚਲੋ ਇਹਨੂੰ ਬਾਦਸ਼ਾਹ ਘਰ ਪਹੁੰਚਾ ਕੇ ਆਓ, ਉਹ ਰਾਤੀ ਰਾਤੀ ਘਰ ਛੋੜ ਕੇ। ਅੱਛਾ ਹਾਂ ਉਹਦਾ ਨਾਮ ਹੀ ਸਾਰੇ ਖਾਨੇ ਵਾਲੇ ਜਾਂਦੇ ਨੇ? ਬਿਲਕੁਲ ਖਾਨੇ ਵਾਲੇ ਹੈਬਤ ਖਾਂ ਸਰਾਜ ਨਾ ਹੁੰਦੇ ਨਾ ਤਾਂ ਸਾਰੇ ਮੁਲਤਾਨ 'ਚ ਇੱਕ ਬੰਦਾ ਹੀ ਵਾਪਸ ਕੋਈ ਨਾ ਜਾਂਦਾ, ਇਹਨਾਂ ਦੋ ਜਣੇ ਬਚਾਏ ਸਾਰੇ ਜ਼ਿਲ੍ਹੇ ਮੁਲਤਾਨ ਨੂੰ, ਹਾਦਸਾ ਦੇ ਜਿਹੜੇ ਖਾਨੇ ਵਾਲੇ ਚੱਲਿਆ ਹੈ, ਦੋ ਗੱਡੀਆਂ ਨੇ ਭਰੀਆਂ ਹੋਈਆਂ ਰੇਲ ਗੱਡੀਆਂ, ਰੇਲ ਬਾਲ ਗੱਡੀਆਂ ਇੰਝ ਤੋੜੀ ਤਰ੍ਹਾਂ ਭਰੀਆਂ ਹੋਈਆਂ ਮਾਲ ਗੱਡੀਆਂ। ਹਾਂ ਅਤੇ ਉੱਥੇ ਚੱਲੇ ਅਤੇ ਰਾਜ ਮਿੰਟ ਆਪਣਾ ਮਿੰਟ ਕੁਬਰੀ ਕੋਲ ਉਹਨਾਂ ਰੋਕ ਲਿਆ, ਮਿੰਟ ਕੁਬਰੀ ਹਾਂ ਪਾਣੀ ਨਾ ਲਵਣ ਦੇਣ, ਆਖਿਰ ਇੱਥੋਂ ਚੱਲੇ ਮਿੰਟ ਕੁਬਰੀ ਪਿਆਸ ਤਾਰ ਕਹਿਣ ਲੱਗਣੀ ਆਈ, ਪਾਣੀ ਨਾ ਲਵਣ ਦੇਣ ਨਲਕੇ ਦੇ, ਅਤੇ ਫਿਰ ਮਿਲਟਰੀ ਵਾਲੇ ਆਉਂਦੇ, 8 ਮਿਲਟਰੀ ਵਾਲੇ ਹਨ, 4 ਹਨ, ਆ ਚਾਰ ਚਾਰ ਇੱਕ ਗੱਡੀ ਨਾਲ ਹਨ, ਅਤੇ ਉਹ ਮਿਲਟਰੀ ਵਾਲੇ ਦੋ ਖਲੋ ਗਏ, ਸਾਡੀ ਲਾਈਨ ਲਾ ਲਈ ਉਹਨੇ, ਤੁਰ ਪਏ ਬਲੋਚ ਮਿਲਟਰੀ ਮੁੜ ਚੁੱਪ ਕਰਕੇ ਬੈਠੀ ਰਹੀ, ਦੋ ਜਣੇ ਨਲਕੇ 'ਤੇ ਜਾ ਖਲੋਤੇ, ਦੋ ਜਣੇ ਗੱਡੀ 'ਤੇ ਜਾ ਖਲੋਤੇ ਰਹੇ, ਲਾਈਨ ਲਾ ਕੇ ਪਾਣੀ ਸਾਰੇ ਭਰਵਾ ਕੇ ਜਿਤਨੀ ਕਹਿਣ ਜ਼ਰੂਰਤ ਆਈ ਲੈ ਆਏ, ਉੱਥੋਂ ਚੱਲੇ ਫਿਰ ਮੁੜ ਸਵੇਰੇ ਆਪ ਇੱਥੇ ਆਪਾਂ ਅਟਾਰੀ ਆ ਰੁਕੇ ਅਟਾਰੀ। ਹਾਂ ਉਸ ਤੋਂ ਬਾਅਦ ਰਾਜ ਗੱਡੀ ਕਿਤਾ ਇਹਨਾਂ ਰੁਕੀ ਨਾ, ਰਾਜ ਚੱਲਦੀ ਗੱਡੀ ਰਾਤੀ ਰਾਤੀ ਚੱਲਦੀ ਰਹੀ ਨਾ, ਫਿਰ ਦਰਿਆ ਸਾਰ ਆਪਣਾ ਵਿਆਸ ਦਾ ਦਰਿਆ ਵੇਖਿਆ,
इं खून का चलता पाया, पानी नजर ही ना आ जाता, इतना मारकाट होंगे पे, लेकिन अस अपनी अखी नहीं वेखी मारकाट, अखी नहीं वेखी अखी नहीं तो बंदे ठीक मिल गए ना उत्थों शुरू। हाँ वाह, अटारी जल्द पहुंचे उतले उन्हें गड्डिया रोक लिया, अगर छिरट्टा तक वन ना देवन अटारी अपने को ना दीतिया गड्डिया। अच्छा, रात अपना खालसा कॉलेज आई लाहौर, लाहौर पार करके ना लाहौर तो लाहौर ही रोक लिया ने, अगन पार ना कर दीतिया लाहौर ही रोक लिया। हाँ फिर उत्थे जो महाराज गड्डिया दो हैं इन्ह जल्द रोकिया इन्हों का आपस गलबात चलती रही, कोई फैसला ना होया, कोई फैसला ना होया तो उत्थों अमृतसरों ट्रकों से ट्रक भरे के आ गए, कोई छोले बुन रोटियां पक्की हुई लंगर सारे उत्थे सन रेलवे स्टेशन तक खवा गए। तो जल्द उन्हें जिते कोई फैसला ना, रात शाम वे इन ट्रक शुरू हो गए भाई स्टेशन खाली करना, सानू कई पानी पत्त कई करनाल जिथे कद जी जिमें कह जाप लगती ट्रकों वाले दो दो के उद्दे लै बंदे रहे, मतलब गड्डिया उतनी रोक गड्डिया गाना चलिया। तो साढ़ा नंबर आ गया छिरट्टे तो मुड़ आप बैठे उसे दिवाली अपने 47 दिन छिरट्टे वेखी स्टेशन से अमृतसर। अच्छा तो मतलब दिवाली नवंबर लगभग ना अपना 47 दी जी दिवाली नंबर तक आप सर वेखी। अच्छा अमृतसर वे। हाँ वो तो अमृतसर था ही रुके रहे हाफ तो रुके रहा अपना प्लेटफार्म से उत्थ मलूम जिला मुल्तान नू जींद मलूम मजबूर होया हिसार होया। हाँ जिला जी ना जिला जींद। अच्छा जींद जिले हाँ जींद तो जिले बाहर रियासत आई जींद मंजूर होया। अगर जींद की तैयारी की गड्डिया मिलन कम ना हो था क्षेत्र करनाल से रंजन पाइं जींद की गड्डी कोई ना मिली, अखीर एक अपना टीटी नाल असा किराया बनाया अठानी सवारी, तो अठानी सवारी याद ना तो उस पैसे देव लगे बुकिंग डब्बा हो गया है तो मुड़ जाओ गया जी जिला तो जिला हिसार है अपना रोहतक मिले। अच्छा मुड़ रोहतक आए उसे रोहतक के अपना रेलवे स्टेशन पार खालसा कॉलेज उत्थे कैंप लगा रहा है, कैंप लगा रहा उत्थों सू मुड़ अलाट जमीन की थी उन्हें असा मैम आ गया उससे। अच्छा कचिया लाट आदि ना उस असा मैम आ गए उससे साल मैम रहे हैं सैल मजदूरी मजदारी करके जब तक जमीन ना लेट उत्ते काम तो करना ही है खावना पीवन तो है मजदूरी की जिमें कुछ कहन काम मिले कर करा साल सा उससे गुजारिया साल ही मुड़ जो हो गया जो तुम जिला मुल्तान मंजूर होया हिसार 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 बैठे से हूँ उत्थे अपना मैम बैठे से तो आप हम उतू तैयारी की आप काशीपुर बने साढ़े सारे रिश्तेदार काशी तो पहुँच गए हैं मुरादाबाद यूपी। हाँ तो उसे चल दिया कपूर बस हाँ हिसार रोहतक तू हिसार तक कपूर बस चल दे पुराने ट्रेन ला रही। हाँ बसा वो चल दिया तो असा बिस्तरे बन के ते मैं अड्डे ते आए बैठे से काशीपुर तैयारी की करके तो दो कंडक्टर ते ड्राइवर हो साढ़े लाल जी से जानू टल ताश खेडते हैं उन्होंने वेख्या फकीर चंद कि वजह पे है काशीपुर वही के करना जेने चल हांसी का इतला चलता है उन धक्के बिस्तरे चाह के हांसी थन छोड़ दे। अच्छा हांसी हाँ ता हांसी आए। हाँ हांसी आए तो मकान को मिल गया। हांसी आया तो उसे शंकर मंडी है जी बाहर इतने ITI कॉलेज बने हुए हूँ उसे है शंकर मंडी बनी हुई। अच्छा। शंकर लाल बाणी मंडी बनाई आई तो बटवारे रोते मार दाड़े मुड़ो अगर पूरी ना कर सकिया एक लाइन दुकाना से बन गई बाकी सारा प्लेट प्लाट पे आए उन्हें असान उ मंडी दे वसा दिता एक क्वार्टर दो दो त्रै त्रै घर जो कमरे हैं वसा दी तो उन्हें उत्थे असं बैठ रहा साल उस तो बाद शंकर दास आगे जमीन खाली करानी है वो खाली करा नहीं सकता अखीर जी अस सारे करके तो DC तक साढ़ा कब्जा कोई नहीं लै सकता उन्हें जी बाणिए ने मैं बुला लिया साढ़े कैंप मैंबर न उस कब्जा लिख के दे दिता कब्जा लिख के सू खाली करना पै गया। हाँ फिर सानू अपना तहसीलदार ने इतने वसा दिया शंकर दिल्ली दरवाजा है ना जोड़ा हांसी उस बाहर जितने रामलीला होंगी आई उत्थे तंबू ला के सू उत्थे वसा दिता असें पंचायती रामलीला ग्राउंड। हाँ पंचायती रामलीला ग्राउंड उत्थे तंबू लगे रहे 8-10 बार आप उत्थे बैठ रहे उसे फिर तहसीलदार आया शहर च वड़िया
ਜਿਵੇਂ ਜਿਵੇਂ ਕਿਸੇ ਕੋਲ ਕੋਈ ਕਮਰਾ ਖਾਲੀ ਪਿਆ, ਦੋ ਕਮਰੇ ਖਾਲੀ ਪਏ, ਜਿਵੇਂ ਜਿਵੇਂ ਟੈਂਟ ਖਾਲੀ ਕਰਾ ਕੇ ਸਾਨੂੰ ਕਮਰੇ 'ਚ ਵਾੜ ਦਿੱਤਾ। ਸਾਡਾ ਕਮਰਾ ਮਿਲਿਆ ਉੱਥੇ ਆਪਣਾ ਵਾਲਮੀਕੀ ਚੌਂਕ ਹੈ ਨਾ, ਗੰਗੂ ਰਾਮ ਨਾਂਗਰੂ ਦਾ ਮਕਾਨ ਆ ਜੀ ਉੱਥੇ, ਹੁਣੀ ਉੱਥੇ ਇੱਕ ਚੌਬਾਰ ਹੈ, ਉਹ ਸਾਨੂੰ ਮਿਲਿਆ ਹੈ ਗੋਲ ਕੋਠੀ ਕੋਲ, ਗੋਲ ਕੋਠੀ ਸਾਹਮਣੇ ਦੇ ਗੰਗੂ ਰਾਮ ਨਾਂਗਰੂ ਦੇ ਮਕਾਨ ਦੇ ਨਾਲਾ, ਜਿਹੜਾ ਨਾਲਾ ਬਣਿਆ ਨਾ ਨਾਲੇ ਦੀ ਕੰਨੀ ਦੇ ਉੱਤੇ, ਉੱਥੋਂ ਕੋਈ ਪੁਰਾਣੇ ਜਿਹੜੇ ਬੰਦੇ ਹਨ ਉਹਨਾਂ ਦੇ ਨਾਲ ਕੋਈ ਬਾਅਦ ਰਫਤਾ ਚਿੱਠੀ ਚੁੱਠੀ ਆਈ ਗਈ? ਪਹਿਲੀ ਵਾਰ ਸ਼ੁਰੂ ਸ਼ੁਰੂ ਤੋਂ ਮੈਂ ਖਰਾਜਾਂ ਦੇ ਲਿਖਦਾ ਰਿਹਾ, ਫਿਰ ਉਸ ਤੋਂ ਬਾਅਦ ਕਾਜ ਨਹੀਂ ਆਈ। ਅੱਛਾ, ਲਿਖੀ ਆਈ ਚਿੱਠੀ ਤੁਸੀਂ? ਲਿਖੀ ਆਈ ਉਹਨਾਂ ਦੀ, ਆਏ ਸੁੱਖ ਸਾਨ ਪੁੱਛ ਲੈਂਦੇ ਆ ਸਿੱਖ ਦੋ। ਅੱਛਾ, ਹਾਂ, ਉਸ ਤੋਂ ਬਾਅਦ ਕੋਈ ਗੱਲ ਕੋਈ ਨਹੀਂ ਹੋਈ? ਨਾ, ਆਪਾਂ ਆਪਣੇ ਧੰਦੇ ਲੱਗ ਗਏ, ਨਾ ਆਪਾਂ ਲਿਖੀ ਨਾ ਉਹਨਾਂ ਕਾ ਲਿਖੀ। ਹਾਂ, ਉਹ ਟਾਈਮ ਹੀ ਜੀ ਆਈ ਪਏ ਆਪਣਾ ਘਰ ਵਸਾਉਣ ਤੇ ਹੋ ਗਿਆ ਸਾਰੇ। ਉਹ ਜਿਹੜਾ ਮਕਾਨ ਹੈ ਤੁਹਾਡਾ, ਹਾਂ, ਉਹ ਇੱਕਾ ਮੰਜ਼ਲ ਬਣੀ ਹੋਈ ਹੈ, ਦੋ ਹਨ ਮਤਲਬ? ਇੱਕਾ ਮੰਜ਼ਲ। ਅੱਛਾ, ਉਹ ਮਕਾਨ ਅਗਰ ਉਸ ਗੱਲ ਲਈ ਜਾਓ ਪਛਾਣ ਲਈ ਤੋਂ? ਬਿਲਕੁਲ, ਹੁਣ ਚੱਲ ਮੈਂ ਤੇ ਮਕਾਨ ਤੇ ਲੈ ਚੱਲਦਾ। ਦੁਕਾਨ ਹੈ ਆਪਣੇ ਆਪ ਯਾਰਾਂ ਦੋਸਤਾਂ ਦੇ ਕੇ ਆਏ। ਬਾਕੀ ਇਹ ਜਿਹੜਾ ਸਮਾਨ ਪਿਆ ਹੈ, ਪਰ ਰੁਪਏ ਦਾ ਪੈਸੇ ਤੂੰ ਵੇਚਿਆ ਤੇ ਵੇਚ ਕੇ ਆਇਆ। ਦੇਸੀ ਗਿਓ ਪੈਨ ਪੰਜੀ ਟੀਨ ਤੇ ਉਸਲੇ 35 ਰੁਪਏ ਟੀਨ ਦਾ ਭਾਅ ਹੈ ਸਾਰਾ। ਅਤੇ ਥਰਾ ਸੀ ਦੂਜੇ ਇੱਕ ਵਪਾਰੀ ਆਉਂਦਾ ਪਿਆ, ਉਹ ਲੈ ਗਿਆ ਸਾਡੇ ਕੋਲੋਂ 25 ਰੁਪਏ ਟੀਨ, ਅਤੇ ਉਹ ਪੈਸੇ ਲੈ ਕੇ ਆਉਂਦਾ ਪਿਆ ਤਾਂ ਸਿਕੰਦਰ ਉਹਨੂੰ ਕਿਹਾ ਵਾਟ ਛੱਡਿਆ ਰਾਹ 'ਚ। ਅੱਛਾ, ਨਾ ਕਿਹਾ ਆਪਣੇ ਸਾਨੂੰ ਪੈਸੇ ਕੌਣ ਆ ਦੇ ਪਿਆ, ਉਹ ਜੇ ਟੁਰਦੇ ਬਾਕੀ ਅਸਾਂ ਕੋਈ 5 ਰੁਪਏ ਟੀਨ ਅਤੇ ਕੋਈ 7 ਰੁਪਏ ਟੀਨ ਜਿਵੇਂ ਵੀ ਕਵੇ। ਅੱਛਾ ਅੱਛਾ, ਦੁਬਾਰਾ ਜੀਕ ਰਹਿੰਦਾ ਵੀ ਮਕਾਨ ਤਾਂ ਵੇਖਾਂ ਆਪਣਾ ਜੀ? ਹੁਣ ਸਾਡੇ ਬਰਾਬਰ ਦੇ ਤਾਂ ਹੈ ਨਾ, ਕਹਿੰਦੇ ਕਹਿੰਦੇ ਵੇਖਣ ਵੀ ਸਾਰ ਨਹੀਂ, ਉਂਝ ਤਾਂ ਹੁੰਦਾ ਵੀ ਮਨ ਤਾਂ ਹੁੰਦਾ, ਕਿਉਂ ਨਹੀਂ ਹੁੰਦਾ, ਤੀ ਕਿਉਂ ਨਹੀਂ ਕਰਿੰਦਾ ਆਪਣੀ ਚੀਜ਼ ਭੁੱਲਦਾ ਕੋਈ ਆਪਣੇ ਹੱਥੀ? ਬਾਕੀ ਹਾਂ, ਆਪਣੇ ਹੱਥੀਂ ਬਣਾਏ ਹੋਏ ਦੁਕਾਨ ਹੁਣ ਬਣਾਈ ਹੈ, ਸਾਲ ਹੋਇਆ, 2 ਸਾਲ ਨਵੀਂ। ਕਦੇ ਮੌਕਾ ਲੱਗੇ, ਚਲੋ ਮੌਕਾ ਲੱਗੇ ਕੋਈ ਚੰਗਾ ਤਾਂ ਬਣੇ, ਮੈਂ ਵਜਣ ਨੂੰ ਤਿਆਰ ਹਾਂ। ਠੀਕ, ਐਸੀ ਗੱਲ ਕੋਈ ਨਹੀਂ, ਤੁਸੀਂ ਤਾਂ ਬੈਠੇ ਹੋ, ਤੁਹਾਡੇ ਹਾਣੀ ਵੀ ਉੱਥੇ ਬੈਠੇ ਹੀ ਹੋ ਸਨ। ਕੋਈ ਨਾ ਕੋਈ ਮਰਦਾ ਜੀ ਦਾ ਨਾ ਮਿਲੇ ਸੀ, ਔਲਾਦ ਤਾਂ ਮਿਲ ਸੀ, ਜਿਵੇਂ ਮੈਂ ਹੱਥ 50 ਸਾਲ ਗੁਜ਼ਾਰਿਆ ਹੱਥੀ, ਮੈਂ ਹੁਣ ਵਜਾ ਤਾਂ ਜਿਹੜੇ ਬਾਲ ਬੱਚੇ ਬੱਚੇ ਵੱਡੇ ਹੋਏ ਵਧੇ ਨਾ, ਉਹ ਭੱਜ ਕੇ ਆਉਂਦੇ, ਬਾਊ ਜੀ ਆ ਗਿਆ, ਬਾਊ ਜੀ ਆ ਗਿਆ, ਬਾਊ ਜੀ ਆ ਗਿਆ। ਹਾਂ, ਇੰਨੇ ਉਹਨਾਂ ਦੇ ਨਾਲ ਤੁਹਾਡਾ ਵਸੇਵਾ ਤਾਂ ਚੰਗਾ ਹੀ ਆ ਜੀ। ਮੈਂ ਹੁਣ ਹੀ ਹੱਸ ਹੀ ਗਿਆ ਨਾ, ਆਪਣਾ ਭੂਸ਼ਣ ਸ਼ੋਰ ਸਗਾਈ ਕਰਨ ਹੀ ਆਈ, ਮੈਂ ਬਾਹਰ ਖਲੋ ਤਾਂ ਮੇਰੇ ਕੋਲ ਜੁੰਬੜ ਆ ਗਿਆ, ਮੈਂ ਟੁਰਿਓ ਕੋਈ ਉੱਤੋਂ ਫੱਦੇ, ਬਾਊ ਜੀ ਇੱਥੇ ਬਾਹੋ, ਬਾਊ ਜੀ ਇੱਥੇ ਬਾਹੋ, ਬਲਰਾਮ ਆ ਗਿਆ ਵੀ ਹੁਣ ਸਾਨੂੰ ਜਾਣ ਦੇ ਟਾਈਮ ਹੁੰਦਾ, ਨਾਗਪਾਲ ਬੈਠਿਆ ਰੇਲਣ ਬੈਠ ਵੇਖਣ ਦਾ, ਮਗਰ ਮੌਕਾ ਲੱਗੇ ਤਾਂ ਵੇਖ ਤਿਆਰ ਮਹਾ ਕੋਈ ਸੰਗਤ ਬਣ ਜਾ, ਚੰਗੀ ਗੱਲ ਹੈ, ਵੇਖਣਾ ਚਾਹੀਦਾ। 8ਵੀਂ ਦੇ ਇਮਤਿਹਾਨ ਦੇਣ ਗਿਆ ਸੀ ਵਜ਼ੀਫੇ ਦਾ, ਅਤੇ ਵਜ਼ੀਫਾ ਮੇਰਾ ਮਨਜ਼ੂਰ ਹੋ ਗਿਆ, ਅਤੇ ਮੇਰਾ ਕੈਂਸਲ ਕਰਕੇ ਮੁਸਲਮਾਨ ਨੂੰ ਲਾ ਦਿੱਤਾ ਉਹਨੇ। ਕਿਉਂ ਬਰਾਬਰ? ਕਿਉਂ ਭਾਈ, ਜ਼ਿਮੀਦਾਰ ਦੁਕਾਨਦਾਰਾਂ ਨਹੀਂ ਮਿਲਦਾ, ਕਿਸਾਨਾਂ ਦਾ ਕੰਮ ਹੈ, ਕਾਸ਼ਤਕਾਰਾਂ ਨੂੰ ਮਿਲਦਾ। ਅੱਛਾ, ਉਹ ਮੇਰੇ ਤਲੇ ਨੰਬਰ ਵਾਲੇ ਦਾ ਉਹਦਾ ਫਸਿਫਾ ਕਰ ਦਿੱਤਾ। ਮਤਲਬ ਸਿਸਟਮ ਹੀ ਨਹੀਂ ਆਈ? ਹਾਂ, ਸਿਸਟਮ ਹੀ ਨਹੀਂ ਆਈ ਨਾ ਵੀ ਕਾਸ਼ਤਕਾਰਾਂ ਨੂੰ ਮਿਲਦਾ ਆਈ। ਹਾਂ, ਅੱਛਾ ਅੱਛਾ, ਇੰਨੇ ਕਲਾਸ ਵਿੱਚ ਹੋਰ ਕਈਆਂ ਨਾਲ ਇੱਦਾਂ ਵੀ ਇੰਨਾ ਹੋਇਆ ਸੀ? ਹਾਂ, ਕਈਆਂ ਨਾਲ ਹੋਇਆ, ਪੜ੍ਹਾਈ ਦੇ ਹਿਸਾਬ ਨਾਲ ਤਾਂ ਸਾਡੇ ਵਜ਼ੀਫੇ ਲੱਗੇ, ਉਹਨੇ ਸਾਨੂੰ ਦਿੱਤੇ ਨੇ ਤਾਂ ਸਾਡੇ ਨਾਂ ਕੱਟ ਕੇ ਕਾਸ਼ਤਕਾਰਨ ਦਿੱਤੇ। ਅੱਛਾ ਅੱਛਾ, ਮੁਸਲਮਾਨਾਂ ਦੇ ਹੁੰਦੇ ਆ ਨਾਟਕ, ਖਾੜਾ ਸੜੇ ਹੁੰਦੇ ਆ ਅਸੀਂ, ਜਿਵੇਂ ਡਰਾਮੇ ਡਰਾਮੇ ਹੁੰਦੇ ਹਨ, ਅਤੇ ਡਰਾਮਿਆਂ 'ਚ ਮੈਂ ਘੜਿਆਲ ਲਈ ਮੁਸਲਮਾਨ ਕਰਦੇ ਹਨ, ਉਹਨਾਂ ਦੇ ਨਾਲ ਮੈਂ ਕਈ ਵਾਰੀ ਭਜਨ ਗੀਤ ਗਾਉਂਦਾ ਹਾਂ, ਸਕੂਲ ਦੁਆ ਵੀ ਆਪਣੀ ਗਾਉਂਦਾ ਹਾਂ ਜਿਹੜੇ ਸਵੇਰੇ ਹੈ। ਅੱਜ ਜਬ ਤੇਰੀ ਕੁਦਰਤ ਯਾ ਪਰਵਰਦਿਗਾਰਾ, ਤੂੰ ਸਭ ਸੇ ਬਰਤਰ ਤੂੰ ਸਭ ਸੇ ਨਿਆਰਾ, ਅਜਬ ਤੇਰੀ ਕੁਦਰਤ ਯਾ ਪਰਵਰਦਿਗਾਰ, ਮੁਸਲਮਾਨ ਗਾਉਂਦੇ ਹਨ, ਅੰਦਰੇ ਲਗਾਉਣੇ ਹੁੰਦੇ ਆ। ਡਰਾਮੇ ਰੋਲ ਕਰਦੇ ਆਵੇ? ਡਰਾਮੇ ਰੋਲ ਕੋਈ ਨਾ ਕਰਦਾ, ਮਤਲਬ ਉਹਨਾਂ ਦੇ ਨਾਲ ਬਣਦਾ ਹਮ, ਤੇ ਸਾਰੇ ਡਰਾਮੇ ਗਜ਼ਲਾਂ ਯਾਦ ਹਨ ਮਾੜਾ ਮੋਟਾ। ਅੱਛਾ, ਯਾਦ ਹੈ ਥੋੜ੍ਹੀ ਬਹੁਤੀ? ਥੋੜ੍ਹੀ ਬਹੁਤੀ ਯਾਦ ਹੈ। ਪੂਰਨ ਭਗਤ ਦਾ ਡਰਾਮਾ ਖੇਡਦੇ ਹਨ, ਉਹ ਨਾਂ ਰੱਖਦੇ ਹਨ ਰੋਸ਼ਨ ਸਮੀਰ, ਫਾਈਨਲ ਦੀ ਕਿਤਾਬ 8ਵੀਂ ਦੀ, 8ਵੀਂ ਦੀ ਕਿਤਾਬ ਹੈ। ਹਾਂ ਹਾਂ, ਜਿਹੜੀ ਆਪਣਾ ਪੜ੍ਹਦੇ ਆ ਮੁਰੱਕਾ ਦਾ ਹਿੱਸਾ ਚਾਰੋਂ। ਅੱਛਾ,
پڑھ دیا سے میں مرکا ادب حصہ چہارم اور میں لے بیٹھا ہم سے پڑھتا بیٹھا ہم تو جگدیش بھارتی آیا میرے کو جگدیش بھارتی ہاں وہ جا کے بابو جی میں پڑھن دے وہ اپنا پہلے میرے کو منوہر لائے گیا منوہر ٹھکرال لائے گیا پڑھنے واسطے تو چلیں دیا سے رلے کھڑیاں پارس کی کھڑیاں دے وچ میں کھڑیاں چلائی ہیں تو اتنے چلیں دیا سے وہ پڑھتا بیٹھا ان کو جگدیش بھارتی ویکھی وہ جا کے لال چند میں دکان کرتا مہین دے جا میں پڑھ کے تین دے سا جا وہ ہائی اردو کا ماہر سیکھتا رہا سارے کام جو کتاب پڑھی اس کو پسند ہے کتاب میں نہ دیتی ہو ساری بھری پی آئی الماریاں پہلا مصرا ہوتا ہے لو خریدار ہو یہ اندھی بیچنے والی اندھی ایک پھول ویچن آدھی ہے اندھی پھول ویچن آدھی ہے تو انہیں تم پڑھتی لو خریدار ہو یہ اندھی بیچنے والی کے پھول تم ہو جس دنیا کے ساکے نور کی دنیا ہے وہ عالم ظلمات مجھ مجبور کی دنیا ہے وہ لو خریدار ہو جی اندھی بیچنے والی کے پھول کتاب جائی ہاں